ਤੁਹਾਨੂੰ ਮੈਂ ਦੱਸਣਾ ਚਾਹੁੰਦੀ ਹਾਂ ਕਿ ਕੈਨੇਡਾ ਦੇ ਵਿੱਚ ਲਗਾਤਾਰ ਕਰੋਨਾ ਦੇ ਕੇਸ ਵੱਧਦੇ ਜਾ ਰਹੇ ਨੇ। ਇਹਨਾਂ ਕੇਸਾਂ ਨੂੰ ਦੇਖਦੇ ਹੋਏ ਕੈਨੇਡਾ ਦੇ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਹਨਾਂ ਦੇ ਵੱਲੋਂ ਕਾਫੀ ਜ਼ਿਆਦਾ ਸਖਤਾਈ ਕੀਤੀ ਗਈ ਹੈ। ਜਿਹੜੇ ਨਵੇਂ ਟਰੈਵਲਰ ਆ ਰਹੇ ਨੇ ਉਹਨਾਂ ਦੇ ਲਈ ਜਿਹੜੇ ਨਿਯਮ ਬਣਾਏ ਗਏ ਸੀ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਸਖਤਾਈ ਕੀਤੀ ਗਈ ਹੈ ਤਾਂ ਕਿ ਕਰੋਨਾ ਦੇ ਕੇਸਾਂ ਦੇ ਉੱਪਰ ਕਾਬੂ ਪਾਇਆ ਜਾ ਸਕੇ। ਇਹ ਨਵੇਂ ਜਿਹੜੀਆਂ ਸਖਤ ਨਿਯਮ ਨੇਗੇ ਇਹ ਕਿਹੜੇ ਕਿਹੜੇ ਬਣਾਏ ਗਏ ਨੇ, ਕੀ ਨਵੀਆਂ ਹਦਾਇਤਾਂ ਦਿੱਤੀਆਂ ਗਈਆਂ ਨੇਗੀਆਂ ਟਰੈਵਲ ਦੇ ਲਈ ਟਰੈਵਲਰ ਦੇ ਲਈ, ਉਹ ਸਾਰੀ ਜਾਣਕਾਰੀ ਤੁਹਾਨੂੰ ਮੈਂ ਅੱਜ ਇਸ ਵੀਡੀਓ ਰਾਹੀਂ ਦੇਣ ਜਾ ਰਹੀ ਹਾਂ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਆਪਣੇ ਇਸ ਚੈਨਲ ਦੇ ਉੱਪਰ ਡੇਲੀ ਨਵੀਂ ਨਵੀਆਂ ਵੀਡੀਓਜ਼ ਲੈ ਕੇ ਆ ਰਹੇ ਹਾਂ, ਤੁਹਾਡੇ ਲਈ ਨਵੇਂ ਨਵੇਂ ਜਾਣਕਾਰੀ ਦੇ ਰਹੇ ਹਾਂ ਕੈਨੇਡਾ ਦੇ ਬਾਰੇ। ਅਗਰ ਤੁਸੀਂ ਚਾਹੁੰਦੇ ਹੋ ਕਿ ਸਾਰੀ ਜਾਣਕਾਰੀ ਤੁਹਾਡੇ ਤੱਕ ਟਾਈਮ ਟੂ ਟਾਈਮ ਪਹੁੰਚਦੀ ਰਹੇ ਅਤੇ ਸਾਰੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਤਾਂ ਤੁਸੀਂ ਸਾਡੇ ਯੂਟਿਊਬ ਦੇ ਚੈਨਲ ਨੂੰ ਸਭ ਤੋਂ ਪਹਿਲਾਂ ਸਬਸਕ੍ਰਾਈਬ ਜ਼ਰੂਰ ਕਰੋ। ਹੁਣ ਆਪਾਂ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਕੈਨੇਡਾ ਦੇ ਵਿੱਚ ਕਰੋਨਾ ਦੇ ਜਿਹੜੇ ਕੇਸ ਨੇ ਕਾਫੀ ਜ਼ਿਆਦਾ ਵੱਧ ਰਹੇ ਨੇ। ਇਹਨਾਂ ਵੱਧ ਰਹੇ ਕੇਸਾਂ ਨੂੰ ਦੇਖਦੇ ਹੋਏ ਨਵੇਂ ਟਰੈਵਲਰਸ ਦੇ ਲਈ ਕੁਝ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਅੱਜ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਵੱਲੋਂ ਟਰੈਵਲ ਉੱਪਰ ਹੋਰ ਸਖਤੀ ਨੂੰ ਵਧਾ ਦਿੱਤਾ ਗਿਆ ਹੈ ਕਿਉਂਕਿ ਕੈਨੇਡੀਅਨ ਪ੍ਰੋਵਿੰਸ ਵੱਲੋਂ ਕੁਝ ਹਫ਼ਤਿਆਂ ਤੋਂ ਲਗਾਤਾਰ ਪ੍ਰੈਸ਼ਰ ਬਣਾਇਆ ਜਾ ਰਿਹਾ ਸੀ ਪ੍ਰਾਈਮ ਮਿਨਿਸਟਰ ਦੇ ਉੱਪਰ ਕਿ ਉਹ ਟਰੈਵਲ ਦੇ ਉੱਪਰ ਸਖਤੀ ਨੂੰ ਵਧਾਉਣ ਤਾਂ ਕਿ ਕਰੋਨਾ ਜਿਹੜੇ ਕੇਸ ਨੇ ਉਹਨਾਂ ਦੇ ਉੱਪਰ ਕਾਬੂ ਪਾਇਆ ਜਾ ਸਕੇ। ਟਰੈਵਲਰ ਨੂੰ ਇਹ ਦੱਸਿਆ ਗਿਆ ਹੈ ਕਿ ਟਰੈਵਲਰ ਦੇ ਕੋਲ PCR COVID-19 ਦੀ ਰਿਪੋਰਟ ਹੋਣੀ ਬਹੁਤ ਜ਼ਰੂਰੀ ਹੈ ਅਤੇ ਉਹਦੇ ਨਾਲ ਹੀ ਜਦੋਂ ਵੀ ਜਿਹੜੇ ਨਵੇਂ ਟਰੈਵਲਰ ਨੇ ਉਹ ਕੈਨੇਡਾ ਪਹੁੰਚਣ ਤਾਂ ਉੱਥੇ ਜਿਹੜੇ ਫੈਡਰਲ ਸਰਕਾਰ ਵੱਲੋਂ ਦੱਸੇ ਗਏ ਡੈਜ਼ੀਗਨੇਟਰ ਹੋਟਲ ਦੇ ਵਿੱਚ ਉਹਨਾਂ ਨੇ 3 ਦਿਨ ਰੁਕਣਾ ਪਵੇਗਾ। ਉਹਨਾਂ ਨੂੰ ਜਿਹੜਾ ਹੋਟਲ ਉਹਨਾਂ ਨੂੰ ਦੱਸਿਆ ਜਾਏਗਾ ਉਸ ਹੋਟਲ ਦੇ ਵਿੱਚ ਰਹਿਣ ਦਾ ਜਿਹੜਾ ਖਰਚਾ ਹੈ ਉਹ ਐਸਟੀਮੇਟਡ ਤੁਹਾਡਾ $2,000 ਆ ਸਕਦਾ। ਜਿਹੜਾ ਇਹ $2,000 ਦਾ ਖਰਚਾ ਹੋਏਗਾ ਇਹ ਖਰਚਾ ਜਿਹੜਾ ਵੀ ਕੋਈ ਜਾ ਰਿਹਾ ਇੱਧਰੋਂ ਟਰੈਵਲਰ ਉਹਨੇ ਆਪ ਕਰਨਾ ਹੋਏਗਾ। ਅਤੇ ਇਹ 3 ਦਿਨ ਹੋਟਲ ਦੇ ਵਿੱਚ ਰੁਕ ਕੇ ਟਰੈਵਲਰ ਨੇ ਕੀ ਕਰਨਾ ਆਪਣੀ ਜਿਹੜੀ ਕੋਵਿਡ ਦੀ ਰਿਪੋਰਟ ਹੈ ਉਹਦੀ ਉੱਥੇ ਇੰਤਜ਼ਾਰ ਕਰਨਾ ਹੋਵੇਗਾ। ਜੇਕਰ ਟੈਸਟ ਦੀ ਜਿਹੜੀ ਰਿਪੋਰਟ ਹੈ ਉਹ ਨੈਗੇਟਿਵ ਆਉਂਦੀ ਹੈ ਤਾਂ ਬਾਕੀ 11 ਦਿਨ ਉਹ ਆਪਣੇ ਘਰ ਦੇ ਵਿੱਚ ਕੁਆਰੰਟਾਈਨ ਕਰੇਗਾ ਅਤੇ ਅਗਰ COVID-19 ਦੀ ਜਿਹੜੀ ਰਿਪੋਰਟ ਹੈ ਉਹ ਪੋਜ਼ਿਟਿਵ ਆਉਂਦੀ ਹੈ ਤਾਂ ਉਸਨੂੰ ਸਰਕਾਰ ਦੁਆਰਾ ਦੱਸੀ ਹੋਈ ਜਗ੍ਹਾ ਦੇ ਉੱਪਰ ਕੁਆਰੰਟਾਈਨ ਕਰਨਾ ਪਵੇਗਾ ਜੋ ਕਿ ਡੈਜ਼ੀਗਨੇਟਡ ਹੋਟਲ ਹੀ ਹੋ ਸਕੇਗਾ। ਪ੍ਰਾਈਮ ਮਿਨਿਸਟਰ ਵੱਲੋਂ ਇਹ ਵੀ ਦੱਸਿਆ ਗਿਆ ਕਿ ਜਿਹੜੇ ਪ੍ਰਵਾਸੀ ਬਾਏ ਰੋਡ USA ਤੋਂ ਆ ਰਹੇ ਨੇ ਉਹਨਾਂ ਨੂੰ ਵੀ COVID-19 ਦੀ ਨੈਗੇਟਿਵ ਰਿਪੋਰਟ ਦਿਖਾਉਣੀ ਹੋਵੇਗੀ। ਸੋ ਜਿਹੜੇ ਨਵੇਂ ਟਰੈਵਲਰ ਇੱਧਰੋਂ ਜਾ ਰਹੇ ਨੇ ਚਾਹੇ ਉਹ ਸਟੂਡੈਂਟ ਨੇ ਜਾਂ ਕਿਸੇ ਵੀ ਕਾਰਨ ਲਈ ਕੈਨੇਡਾ ਜਾ ਰਹੇ ਨੇ ਤਾਂ ਉਹਨਾਂ ਨੂੰ ਇਹਨਾਂ ਹਦਾਇਤਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ ਤਾਂ ਕਿ ਤੁਸੀਂ ਤੁਹਾਡਾ ਟਾਈਮ ਵੇਸਟ ਨਾ ਹੋਵੇ, ਤੁਸੀਂ ਆਪਣੀ ਪਹਿਲਾਂ ਹੀ ਇਹ ਪਲੈਨਿੰਗ ਕਰਕੇ ਚੱਲੋ। ਅਤੇ ਅਗਰ ਤੁਸੀਂ ਸਾਡੇ ਨਾਲ ਕਿਸੇ ਤਰ੍ਹਾਂ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਸਾਡੇ ਪਿੱਛੇ ਦਿੱਤੇ ਨੰਬਰ 98-151-0-11-48 ਅਤੇ 98-882-95,000 ਇਹਨਾਂ ਨੰਬਰਾਂ ਦੇ ਉੱਪਰ ਕੰਟੈਕਟ ਕਰਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਅਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈ ਸਕਦੇ ਹੋ। ਅਤੇ ਜਿਹੜੇ ਨਵੇਂ ਟਰੈਵਲਰ ਜਾ ਰਹੇ ਨੇ ਉਹਨਾਂ ਲਈ ਅਰਾਈਵ ਕੈਨ ਐਪ ਦਾ ਫੋਨ ਦੇ ਵਿੱਚ ਹੋਣਾ ਵੀ ਜ਼ਰੂਰੀ ਹੈ ਅਤੇ ਉਹਦੇ ਵਿੱਚ ਸਹੀ ਇਨਫੋਰਮੇਸ਼ਨ ਭਰਨਾ ਜ਼ਰੂਰੀ ਹੈ। ਜੇ ਤੁਸੀਂ ਨਹੀਂ ਕਰੋਗੇ ਤਾਂ ਤੁਹਾਨੂੰ ਫਾਈਨ ਭਰਨਾ ਪੈ ਸਕਦਾ। ਸੋ ਇਹਨਾਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨੀ ਨਵੇਂ ਟਰੈਵਲਰਸ ਦੇ ਲਈ ਬਹੁਤ ਜ਼ਰੂਰੀ ਹੈ। ਹੋਰ ਜ਼ਿਆਦਾ ਅਪਡੇਸ਼ਨ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ। ਥੈਂਕ ਯੂ।